ਮਾਲਵਾ ਬੈਡਲਿਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਆਪਣੀ ਬਹੁਤ ਸਾਰੇ ਕੈਂਡੀਡੇਟਸ ਤੱਕ ਇੱਕ ਐਡਵਰਟਾਈਜ਼ਮੈਂਟ ਪਹੁੰਚ ਰਹੀ ਸੀ ਜਿਹੜੀ ਕਿ ਕੌਨਸਟੇਬਲ ਦੀ ਬਲੈਕ ਐਂਡ ਵਾਈਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀ ਆ ਉਹ ਠੀਕ ਹੈ ਜੀ ਤੇ ਬਹੁਤ ਸਾਰੇ ਬੱਚਿਆਂ ਨੇ ਉਸ ਦੇ ਉੱਤੇ ਵਿਸ਼ਵਾਸ ਵੀ ਕਰ ਲਿਆ ਬਟ ਦੋਸਤੋ ਉਸ ਦੀਆਂ ਜਿਹੜੀਆਂ ਤਰੀਕਾ ਦੱਸੀਆਂ ਹੋਈਆਂ ਸੀ ਐਡਵਰਟਾਈਜ਼ਮੈਂਟ ਵਿੱਚ ਚਲੋ ਉਹ ਤਾਂ ਐਕਿਊਰੇਟ ਸੀਗੀਆਂ ਹਨਾ ਜੀ 14 ਮਾਰਚ ਤੋਂ ਸ਼ੁਰੂ ਹੋਣੇ ਆ ਫਾਰਮ ਅਪ ਪਰ ਦੋਸਤੋ ਅੱਜ ਜਿਹੜਾ ਹੈਗਾ ਆਫੀਸ਼ੀਅਲੀ ਅਪਡੇਟ ਆਪਣੇ ਸਾਹਮਣੇ ਵੇਖਣ ਨੂੰ ਮਿਲੀ ਹੈ ਜਿਹੜੀ ਕਿ ਪੰਜਾਬ ਪੁਲਿਸ ਕਨਸਟੇਬਲ ਭਰਤੀ ਨੂੰ ਲੈ ਕੇ ਹੈ 2024 ਦੀ ਜਿਸ ਦਾ ਤੁਸੀਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਇਸ ਦੇ ਵਿੱਚ ਜਿਹੜੀ ਆਪਾਂ ਨੂੰ ਪਹਿਲਾਂ ਇੱਕ ਫਾਰਮ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਵੀ 1800 ਭਰਤੀ ਹੋਵੇਗੀ ਤੁਹਾਨੂੰ ਜਿਹੜਾ ਹੈਗਾ ਵਾਇਰਲ ਹੋਇਆ ਸੀ ਟੈਲੀਗ੍ਰam ਉੱਤੇ ਤੇ ਵਟਸਐਪ ਉੱਤੇ ਉਸ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਸੀ ਵੀ 10 ਮਾਰਚ ਤੋਂ ਸ਼ੁਰੂ ਹੋਊਗੀ ਬਟ ਇਹ 14 ਮਾਰਚ ਤੋਂ ਸ਼ੁਰੂ ਹੋ ਰਹੀ ਹੈ جس ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਹੈ ہزار ਕੈਡਰ ਜਿਹੜਾ ہزار ਹੈਗੀ ਜਿਹੜੀ ਡਿਸਟ੍ਰਿਕਟ ਕੈਡਰ ਦੀ ਹੈ ਤੇ 800 ਜਿਹੜੀ ਹੈਗੀ ਆਰਮਡ ਕੈਡਰ ਦੀ ਸੋ ਦੋਸਤੋ ਇਹ ਭਰਤੀਆਂ ਨੂੰ ਦੋ ਡਿਵੀਜ਼ਨ ਦੇ ਵਿੱਚ ਕਿਉਂ ਵੰਡਿਆ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਡਿਸਟ੍ਰਿਕਟ ਕੈਡਰ ਹੈਗੀ ਤੁਹਾਡੀ ਸਟੇਸ਼ਨਸ ਦੇ ਵਿੱਚ ਡਿਊਟੀ ਲੱਗੂਗੀ ਪੁਲਿਸ ਸਟੇਸ਼ਨ ਥਾਣਿਆਂ ਦੇ ਵਿੱਚ ਆਰਮਡ ਕੈਡਰ ਦਾ ਦੋ ਕੰਮ ਹੋਊਗਾ ਇੱਕ ਤਾਂ ਤੁਹਾਡੀ ਜਿਹੜੀ ਹੈਗੀ ਹੈ ਜਰਨਲ ਸਿਕਿਉਰਟੀ ਜਿਹੜੀ ਆਪਾਂ ਦਿੰਨੇ ਆ ਉਸ ਦੇ ਵਿੱਚ ਹੈਲਪ ਕਰਦੇ ਹੋ ਤੁਸੀਂ ਤੇ ਦੂਸਰੀ ਗੱਲ ਹੈ ਐਸਐਸਐਫ ਫੋਰਸ ਦੇ ਵਿੱਚ ਵੀ ਚੇਂजेस ਕਰਨੀਆਂ ਹੁੰਦੀਆਂ ਤੁਹਾਨੂੰ ਪਤਾ ਹੈ ਕਈ ਵਾਰ ਇਦਾਂ ਹੁੰ ਤੇ ਬੱਚਿਆਂ ਨੂੰ ਦੇ ਵਿੱਚ ਵੀ ਮਤਲਬ ਕਿ অপਸ਼ਨ ਦੇਣੀ ਹੁੰਦੀ ਹੈ ਇਸੇ ਕਰਕੇ ਇਹ ਦੋ ਭਰਤੀਆਂ ਇਕੱਠੀਆਂ ਕਰੀਆਂ ਜਾ ਰਹੀਆਂ ਹਨ ਪਹਿਲਾਂ ਆਪਣੀ ਇਕੱਲੀ ਡਿਸਟ੍ਰਿਕਟ ਕੈਡਰ ਦੀ ਹੋਈ ਸੀ ਜਿਸ ਕਰਕੇ 1746 ਪੋਸਟਾਂ ਉਹ ਡਿਸਟ੍ਰਿਕਟ ਕੈਡਰ ਨੂੰ ਦਿੱਤੀਆਂ ਗਈਆਂ ਉਸ ਦਾ ਰਿਜ਼ਲਟ ਵੀ ਬਹੁਤ ਜਲਦੀ ਤੁਹਾਨੂੰ ਆ ਜਾਵੇਗਾ ਮੇਨ ਗੱਲ ਇਹ ਹੈ ਹੁਣ ਤੁਹਾਡੇ ਕੋਲ ਆਫੀਸ਼ੀਅਲ ਜਾਣਕਾਰੀ ਤੁਹਾਡੇ ਸਾਹਮਣੇ ਆ ਚੁੱਕੀ ਹੈ ਆ ਪੜ੍ਹ ਲਓ ਤੁਸੀਂ ਦੇਖ ਲਓ ਪੰਜਾਬ ਪੁਲਿਸ ਦੇ ਜ਼ਿਲ੍ਹੇ ਅਨਾ ਅਤੇ ਆਰਮਡ ਕੈਡਰ ਵਿੱਚ ਕਨਸਟੇਬਲ ਦੀ ਭਰਤੀ 2024 ਦੀ ਕਰਾਂ ਜਾ ਰਹੇ ਆ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਤੇ ਆਮ ਰਿਕੈਡਰ ਵਿੱਚ ਕਾਂਸਟੇਬਲ ਵਜੋਂ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਰਜੀ ਫਾਰਮ ਨੂੰ ਭਰਨ ਲਈ ਮੱਤਮਪੁਰ ਵੇਰਵਾ ਸੰਭਵ ਸੰਭਵਿਤ ਮਿੱਧਿਆ ਮਿੱਧੀਆਂ ਜਿਹੜੀਆਂ ਹੈਗੀਆਂ ਮਿੱਧੀਆਂ ਰੱਖੀਆਂ ਗਈਆਂ ਉਹਨਾਂ ਨੇ ਹੇਠਾਂ ਦਿੱਤੇ ਅਨੁਸਾਰ ਹੈ ਠੀਕ ਹੈ ਜਾਣਕਾਰੀ ਤੁਹਾਡੇ ਸਾਹਮਣੇ ਦੇਖੋ ਖਾਲੀ ਜਿਹੜੀ ਹੈ ਸਾਮੀਆਂ ਅਗਿਆ 1800 ਹੈ ਠੀਕ ਹੈ ਲਗਭਗ ਤੇ ਹਨਾ ਜਿਸ ਦੇ ਵਿੱਚ 1000 ਉਹ ਤੇ 885 ਦਿੰਦਾ ਹੈ ਤੇ ਇਹ ਜਿਹੜੀ ਵੈਬਸਾਈਟ ਤੁਹਾਡੀ ਉਹ ਕੱਲ ਤੋਂ ਜਿਹੜੀ ਬੰਦ ਆ ਰਹੀ ਹੈ ਨੋ ਸਿਕਿਉਰ ਜਿਹੜਾ ਹੈ ਉਹ ਤਾਂ ਕੀਤੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਚੇਂजेस ਕਰਨੀਆਂ ਹਜੇ ਉਸ ਦੇ ਵਿੱਚ ਸਾਰਾ ਪੋਰਟਲ ਨਵਾਂ ਟ੍ਰੀਡੀ ਹੋ ਰਿਹਾ ਜਿਸ ਕਰਕੇ ਹਾਈਪ ਵਧੀ ਹੋਈ ਸੀ ਵੈਬਸਾਈਟ ਦੇ ਉੱਤੇ ਬਹੁਤ ਲੋਕ ਵਿਜ਼ਿਟ ਕਰ ਰਹੇ ਸੀ ਉਸਨੇ ਇੱਕ ਵਾਰੀ ਬਲੌਕ ਕੀਤਾ ਹੈ ਚੈਨ ਨੂੰ ਤੇ ਬਾਕੀ ਦੋਸਤੋ ਆ ਵੈਬਸਾਈਟ ਜਿਹੜੀ ਹੈਗੀ ਤੁਸੀਂ ਉਹ ਜਦੋਂ ਖੋਲੋਗੇ ਤੁਹਾਡੇ ਜਿੱਥੇ ਵੀ ਤੁਸੀਂ ਫਾਰਮ ਭਰਨ ਜਾਓਗੇ ਹਜੇ ਤਾਂ ਨਹੀਂ ਸ਼ੁਰੂ ਹੋਏ ਹਜੇ ਤਾਂ ਪੋਰਟਲ ਬਣੂਗਾ ਪੋਰਟਲ ਦੇ ਵਿੱਚ ਕੋਈ ਆਪਸ਼ਨ ਨਹੀਂ ਵੇਖਣ ਨੂੰ ਮਿਲਣੀ ਸਿਰਫ ਲਿਖਿਆ ਹੋਊਗਾ 2024 ਦਾ ਰਿਕਰੂਟਮੈਂਟ ਆ ਜਿਸ ਦੇ ਕਰਕੇ ਤੁਹਾਨੂੰ ਇੱਕ ਸਹਾਰਾ ਮਿਲ ਗਿਆ ਵੀ ਹਾਂ ਬਈ ਹੁਣ ਆਪਾਂ ਨੂੰ ਇੱਕ ਨਦੀ ਦੇ ਵਿੱਚ ਆਪਾਂ ਇੱਕ ਬੋਟ ਉਤਾਰ ਲੈਣੀ ਹੈ ਮਤਲਬ ਫਾਰਮ ਭਰ ਦੇਣਾ ਤੇ ਹੁਣ ਆਪਾਂ ਨਦੀ ਦੇ ਦੂਜੇ ਕਿਨਾਰੇ ਪਹੁੰਚਣਾ ਹੈ ਹੁਣ ਉਹ ਕਿਵੇਂ ਪਹੁੰਚਣਾ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਵੀ ਤੁਸੀਂ ਕਿਦਾਂ ਤਿਆਰੀ ਕਰ ਰਹੇ ਹੋ ਹੁਣ ਮੇਨ ਗੱਲ ਇਹ ਹੈ ਦੋਸਤੋ ਵੀ ਹੁਣ ਤੁਹਾਡੇ ਕੋਲ ਵਧੀਆ ਆਪਸ਼ਨ ਹੈਗਾ ਨਾਮ ਹੈਗਾ ਸਮ ਆਫ ਦਾ ਲੋ ਆਪਣੇ ਜਿਹੜੀ ਇੱਕ ਭਰਤੀ ਨੂੰ ਚੁਣੋ ਐਨ ਕਿਤੇ ਦੋਵੇਂ ਪਾਸੇ ਪੈਰ ਪਸਾਰ ਲਓ ਕਨਸਟੇਬਲ ਵੀ ਤੇ ਸਬ ਇਨਸਪੈਕਟਰ ਵੀ ਇੱਕ ਭਰਤੀ ਨੂੰ ਚੁਣੋ ਉਸ ਦੇ ਰਿਲੇਟਡ ਤੁਸੀਂ ਕੋਰਸ ਆਪਣਾ ਖਰੀਦੋ ਬਾਜ਼ਾਰ ਤੋਂ ਜਿੱਥੇ ਵੀ ਤੁਸੀਂ ਇੰਸਟੀਚੂਟ ਲੱਗਦੇ ਹੋ ਸੋਰੀ ਇੰਸਟੀਚੂਟ ਦੇ ਵਿੱਚ ਕੋਰਸ ਖਰੀਦੋ ਆਨਲਾਈਨ ਖਰੀਦੋ ਘਰ ਬੈਠ ਕੇ 20 ਘੰਟੇ ਇਸ ਦੇ ਉੱਤੇ ਆਪਣਾ ਕੰਦਾਪਾ ਫੋਕਸ ਰੱਖੋ ਕੋਈ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਮਿਲਣ ਦੀ ਲੋੜ ਨਹੀਂ ਬਸ ਹੁਣ ਤੁਹਾਡੇ ਲਈ ਇਹ ਹੀ ਮੌਕਾ ਹੈ ਇਸੇ ਮੌਕੇ ਵਿੱਚ ਤੁਸੀਂ ਵਰਦੀ ਪਾਣੀ ਹੈ ਲੱਖਾਂ ਦੀ ਤਦਾਦ ਦੇ ਵਿੱਚੋਂ ਇੱਕ ਹੀਰਾ ਚੁਣਨਾ ਹੁੰਦਾ ਉਹ ਹੀਰਾ ਤੁਸੀਂ ਹੋਵੋਗੇ ਜੇਕਰ ਤੁਸੀਂ ਇਹ ਮਿਹਨਤ ਕਰਦੇ ਹੋ ਉਹਨੇ ਤੁਹਾਡੇ ਤੇ ਨਿਰਭਰ ਹੈ ਤੁਹਾਡੇ ਸਾਹਮਣੇ ਅਫੀਸ਼ੀਅਲ ਜਾਣਕਾਰੀ ਮੈਂ ਰੱਖ ਦਿੱਤੀ ਹੈ ਠੀਕ ਹੈ ਜੀ ਹੁਣ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰਦੋ ਬਾਕੀ ਮੈਂ ਉਮੀਦ ਕਰਦਾ ਜਲਦ ਹੀ ਮੇਰੇ ਭੈਣ ਭਰਾ ਜਿਹੜੇ ਹੈਗੇ ਮੈਨੂੰ ਖੁਸ਼ੀ ਦੀ ਜਾਣਕਾਰੀ ਦੇਣਗੇ ਅਗਲੇ ਸਾਲ ਤੱਕ ਜਦੋਂ ਇਹਨਾਂ ਦਾ ਰਿਜ਼ਲਟ ਕੰਪਲੀਟ ਹੋਊਗਾ 2023 ਵਾਲੇ ਵੀ ਆਪਾਂ ਨੂੰ ਮੈਸੇजेस ਕਰਨਗੇ ਵੀ ਸਰ ਸਾਡਾ ਨਾਮ ਆ ਗਿਆ ਲਿਸਟ ਵਿੱਚ ਬਹੁਤ ਹੀ ਖੁਸ਼ੀਆਂ ਹੋਣਗੀਆਂ ਵੀ ਚਲੋ ਇਹ ਸਾਡੇ ਜਿਹੜੇ ਹੈਗੇ ਨੌਜਵਾਨ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਆ ਉਹ ਬਹੁਤ ਅੱਗੇ ਜਾ ਰਹੇ ਨੇ ਤੇ ਮੈਨੂੰ ਵੀ ਬਹੁਤ ਇਹ ਹਮਾਨ ਹੋਊਗਾ ਵੀ ਮੇਰੀ ਦਿੱਤੀਆਂ ਜਾਣਕਾਰੀਆਂ ਅਨੁਸਾਰ ਉਹ ਆਪਣਾ ਕੰਮ ਕਰ ਰਹੇ ਨੇ ਠੀਕ ਹੈ ਵੀ ਜਿਵੇਂ ਜਿਵੇਂ ਮੈਂ ਉਹਨਾਂ ਨੂੰ ਸਤਰਕ ਕਰ ਰਿਹਾ ਹਰ ਮੂਡ ਉੱਤੇ ਸੋ ਇਹ ਬਹੁਤ ਖੁਸ਼ੀ ਦੀ ਜਾਣਕਾਰੀ ਹੋਊਗੀ ਤੁਹਾਡੇ ਸਭ ਲਈ ਵੀ ਅੱਜ ਆਪਾਂ ਨੂੰ ਇੱਕ ਨੋਟੀਫਿਕੇਸ਼ਨ ਆਫੀਸ਼ਲ ਵੱਲੋਂ ਵੀ ਆ ਚੁੱਕਾ ਹੈ ਆਫੀਸ਼ਲ ਡਿਪਾਰਟਮੈਂਟ ਵੱਲੋਂ ਤੇ ਚਲੋ ਆਪਾਂ ਹੁਣ ਮੇਨ ਗੱਲ ਇਹੀ ਰੱਖੀਏ ਵੀ ਅੱਜ ਆਪਾਂ ਐਡਵਰਟਾਈਜ਼ਮੈਂਟ ਨੂੰ ਪਰਾਂ ਪਰੇ ਰੱਖਦੇ ਹੋਏ ਇਹਨੂੰ ਆਪਾਂ ਸਹੀ ਜਾਣਕਾਰੀ ਰੱਖਦੇ ਆ ਇਹਨੂੰ ਜਾਣਕਾਰੀ ਨੂੰ ਸਹੀ ਰੱਖਦੇ ਹੋਏ ਹੁਣ 14 ਮਾਰਚ ਤੱਕ ਤੁਸੀਂ ਕੋਈ ਨਾ ਕੋਈ ਬੈਚ ਖਰੀਦ ਲਵੋ ਜਿਹੜਾ ਇੰਸਟੀਚਿਊਟ ਵਧੀਆ ਜਾਂ ਬੁੱਕਸ ਖਰੀਦ ਲਵੋ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦਵੋ ਸੋ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਦੀ ਮੈਂ ਹੋਰ ਵੀ ਤੁਹਾਨੂੰ ਸਿਲੇਬਸ ਦੀਆਂ ਜਾਣਕਾਰੀਆਂ ਦੇਣੀ ਹੈ ਜਾਂ ਫਿਰ ਟਾਈਮ ਟੇਬਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਸ ਦੇ ذریعے ਤੁਸੀਂ ਸਹੀ ਐਕਿਊਰੇਟ ਤਿਆਰੀ ਕਰ ਸਕੋ ਕਿਉਂਕਿ ਇੰਨੇ ਬੱਚੇ ਥੋੜੇ ਨਕਮੇ ਹੈਗੇ ਆ ਵੀ ਉਹ ਮੈਂ ਮਤਲਬ ਕਿ ਹਰੇਕ ਸਬਜੈਕਟ ਨੂੰ ਸਾਰਾ ਸਾਰਾ ਦਿਨ ਲਾਈ ਜਾਂਦੇ ਆ ਆਪਾਂ ਸਾਰਾ ਸਾਰਾ ਦਿਨ ਹਰੇਕ ਸਬਜੈਕਟ ਨੂੰ ਆਈ ਨਹੀਂ ਲਾਣਾ ਆਪਾਂ ਇੱਕ ਡਿਵਾਈਡ ਕਰਾਂਗੇ ਵੀ ਇੰਨੇ ਇਹ ਮਹੀਨੇ ਵਿੱਚ ਤੁਸੀਂ ਇਹ ਸਬਜੈਕਟ ਨੂੰ ਕੰਪਲੀਟ ਕਰਨਾ ਹੈ ਇਹ ਮਹੀਨੇ ਵਿੱਚ ਆ ਸਾਰੇ ਸਬਜੈਕਟ ਕਿੰਨੇ ਮਹੀਨੇ ਚੱਲਣਾ ਚਾਹੀਦਾ ਜਿਸ ਦੇ ਕਰਕੇ ਤੁਹਾਡੀ ਐਕੂਰੇਟ ਤਿਆਰੀ ਹੋਵੇ ਸਾਡੇ ਨਾਲ ਜੁੜੋ ਤੁਹਾਨੂੰ ਇਹੀ ਬੈਨੀਫਿਟ ਮਿਲੂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰੈਕ ਕਰ ਸਕੋਗੇ ਸੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ ਸਾਰੇ ਹੀ ਭੈਣ ਭਰਾਵਾਂ ਨੂੰ